ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਦੋਸਤੋ ਅੱਜ ਤੁਹਾਨੂੰ ਮੈਂ ਇੱਦਾਂ ਦੀ ਡੋਂਕੀ ਦੀ ਗੱਲ ਦੱਸਣ ਲੱਗਾ ਸ਼ਾਇਦ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਜਿਹੜਾ ਪਹਿਲੀ ਵਾਰ ਇਸ ਡੋਂਕੀ ਬਾਰੇ ਨਵਾਂ ਇੱਕ ਰਸਤਾ ਖੁੱਲਿਆ ਨਵੀਂ ਡੋਂਕੀ ਆ ਪਹਿਲੀ ਵਾਰ ਜਿਹੜਾ ਵੀ ਹੁੰਦਾ ਆ ਉਹ ਹੈਰਾਨ ਹੋ ਜਾਂਦਾ ਯਕੀਨ ਕਰਨਾ ਔਖਾ ਹੋ ਜਾਂਦਾ ਆ ਇਹ ਜਿਹੜੀ ਡੋਂਕੀ ਆ ਇਹ ਕੈਨੇਡਾ ਤੋਂ ਅਮਰੀਕਾ ਦੀ ਲੱਗਦੀ ਆ ਕੀ ਗੱਲ ਯਕੀਨ ਨਹੀਂ ਹੋਇਆ ਹਨਾ ਇਹ ਪਿਛਲੇ 3 ਮਹੀਨੇ ਤੋਂ ਸਭ ਤੋਂ ਜ਼ੋਰਾਂ ਤੇ ਡੋਂਕੀ ਚੱਲ ਰਹੀ ਆ ਪਿੱਛੇ ਜੇ ਕੋਈ ਗੁਜਰਾਤੀ ਫੈਮਿਲੀ ਨੇ ਉਹ ਨਹਿਰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਕੈਨੇਡਾ ਔਰ ਅਮਰੀਕਾ ਨੂੰ ਅਲੱਗ ਕਰਦੀ ਆ ਗੱਬਿਓਂ ਦੀ ਇੱਕ ਨਹਿਰ ਆ ਬਹੁਤ ਵੱਡੀ ਉਹਦੇ ਵਿੱਚ ਪੂਰੀ ਪੂਰੀ ਦੀ ਪੂਰੀ ਫੈਮਿਲੀ ਡੁੱਬ ਗਈ ਸੀਗੀ ਠੀਕ ਆ ਜੀ ਉਹਨਾਂ ਦੀ ਮੌਤ ਹੋ ਗਈ ਸੀ ਪੂਰੀ ਫੈਮਿਲੀ ਦੀ ਗੁਜਰਾਤੀ ਫੈਮਿਲੀ ਸੀ ਤੇ ਪਿਛਲੇ ਕੁਝ ਟਾਈਮ ਤੋਂ ਕੈਨੇਡਾ ਬਹੁਤ ਭਾਰੀ ਸੰਖਿਆ ਵਿੱਚ ਲੋਕ ਛੱਡ ਰਹੇ ਆ ਕੈਨੇਡਾ ਛੱਡ ਕੇ ਜਿਹੜੇ ਤਾਂ ਸਟੂਡੈਂਟ ਆ ਜਾਂ ਜਿਹੜੇ ਸਟੱਡੀ ਛੱਡ ਚੁੱਕੇ ਆ ਪਰ ਹਜੇ ਵੀਜ਼ਾ ਹੈਗਾ ਆ ਜਾਂ ਉਦਾਂ ਜਿਨ੍ਹਾਂ ਕੋਲ ਵੀਜ਼ਾ ਵੀ ਹੈਗਾ ਆ ਜਾਂ ਉਦਾਂ ਵੀ ਕੱਚੇ ਆ ਉਹ ਸਾਰੇ ਕੈਨੇਡਾ ਛੱਡ ਕੇ ਅਮਰੀਕਾ ਨੂੰ ਤੋਰ ਰਹੇ ਆ ਔਰ ਜਿਹੜੇ ਬਿਜ਼ਨਸਮੈਨ ਆ ਜਿਹੜੇ ਪੁਰਾਣੇ 20 25 25 ਸਾਲ ਦੇ 10 10 ਸਾਲ ਦੇ 15 15 ਸਾਲ ਦੇ 30 35 35 ਸਾਲ ਦੇ ਵੀ ਰਹਿੰਦੇ ਆ ਉਹ ਵੀ ਕੈਨੇਡਾ ਨੂੰ ਛੱਡ ਕੇ ਆਸਟ੍ਰੇਲੀਆ ਮੂਵ ਹੋ ਰਹੇ ਆ ਸਾਰਾ ਬਿਜ਼ਨਸ ਸਾਰਾ ਕੁਝ ਇੱਥੋਂ ਵੇਚ ਕੇ ਆਸਟ੍ਰੇਲੀਆ ਜਾ ਰਹੇ ਆ ਇਦਾ ਕਾਰਨ ਇਹ ਹੀ ਆ ਕਿ ਇੱਕ ਤਾਂ ਕੈਨੇਡਾ ਦੇ ਵਿੱਚ ਮੰਗਾਈ ਬਹੁਤ ਜ਼ਿਆਦਾ ਵੱਧ ਗਈ ਆ ਹੱਦ ਤੋਂ ਜ਼ਿਆਦਾ ਤੇ ਲੋਕ ਜੌਬਲੈਸ ਬਹੁਤ ਜ਼ਿਆਦਾ ਹੋ ਰਹੇ ਆ ਲੋਕਾਂ ਨੂੰ ਕੰਮ ਦੀ ਬਹੁਤ ਤੰਗੀ ਹੋ ਰਹੀ ਆ ਤੇ ਦੂਸਰਾ ਕੈਨੇਡਾ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਆ ਦੇਖੋ ਉੱਥੇ ਗੈਂਗਵਾਰ ਇੰਨੀ ਜ਼ਿਆਦਾ ਸ਼ੁਰੂ ਹੋ ਗਈ ਆ ਤੇ ਹੱਦ ਤੋਂ ਜ਼ਿਆਦਾ ਗੈਂਗਵਾਰ ਸ਼ੁਰੂ ਹੋ ਗਈ ਆ ਇੱਕ ਦੂਜੇ ਨੂੰ ਮਾਰਨਾ ਲੁੱਟ ਖੋ ਇਦਾਂ ਦੀਆਂ ਚੀਜ਼ਾਂ ਬਹੁਤ ਕੁਝ ਹੋਣ ਲੱਗ ਪਈਆਂ ਆ ਔਰ ਆਪਣੀਆਂ ਕੁੜੀਆਂ ਤਾਂ ਕਈ ਕੁਛ ਇਦਾਂ ਦੀਆਂ ਚੀਜ਼ਾਂ ਹੋਣ ਲੱਗ ਪੀਆਂ ਵੀਡੀਓ ਵਿੱਚੋ ਜ਼ਿਕਰ ਨਹੀਂ ਕਰ ਸਕਦੇ ਇਸ ਕਰਕੇ ਅ ਦੂਸਰੀ ਗੱਲ ਇਹ ਆ ਉੱਥੇ ਛੋਟੇ ਬੱਚਿਆਂ ਨੂੰ ਜਿਹੜਾ ਉੱਥੇ ਦੀ ਸਰਕਾਰ ਵੱਲੋਂ ਡਰੱਗਸ ਅਲਾਉਟ ਕਰ ਦਿੱਤੀ ਆ ਵੀ ਡਰੱਗਸ ਲੈ ਸਕਦੇ ਆ ਤੁਸੀਂ ਉਹਦੇ ਕਰਕੇ ਜਿਹੜੇ ਹੁਣ ਫੈਮਲੀਆ ਔਲੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਫਿਊਚਰ ਦਾ ਵੀ ਡਰਿਆ ਸਕੂਲਾਂ ਦੇ ਵਿੱਚ ਜਿੱਦਾਂ ਡਰੱਗਸ ਲੈ ਸਕਦੇ ਆ ਤੇ ਉਹ ਆਪਣੇ ਬੱਚਿਆਂ ਦੇ ਫਿਊਚਰ ਦਾ ਵੀ ਡਰਿਆ ਇਸ ਕਰਕੇ ਵੀ ਲੋਕ ਕੈਨੇਡਾ ਛੱਡ ਕੇ ਤੌੜ ਰਹੇ ਆ ਔਰ ਫੈਮਿਲੀਆਂ ਵਾਲੇ ਤਾਂ 도ੜ ਰਹੇ ਜਿਹੜੇ ਸਿੰਗਲ ਆ ਉਹ ਵੀ 도ੜ ਰਹੇ ਆ ਕਿਉਂਕਿ ਕੰਮ ਕਰ ਹੈ ਨਹੀਂ ਗਿਆ ਮਹਿੰਗਾਈ ਬਹੁਤ ਜਿਆਦਾ ਆ ਦੇਖੋ ਕੈਨੇਡਾ ਦਾ ਨਾਮ ਬਹੁਤ ਵੱਡਾ ਆ ਕਿਉਂਕਿ ਕੈਨੇਡਾ ਨੇ ਲੱਖਾਂ ਕਰੋੜਾਂ ਫੈਮਿਲੀਆਂ ਨੂੰ ਰੋਜ਼ਗਾਰ ਦਿੱਤਾ ਆ ਪੰਜਾਬ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚੋਂ ਹੋਰਾਂ ਸਟੇਟ ਦੇ ਵਿੱਚੋਂ ਫੈਮਿਲੀਆਂ ਦੀਆਂ ਫੈਮਿਲੀਆਂ ਕੈਨੇਡਾ ਜਾ ਕੇ ਬਸ ਗਈਆਂ ਇੱਕ ਟਾਈਮ ਇਹ ਹੁੰਦਾ ਸੀਗਾ ਕੈਨੇਡਾ ਨੇ ਛੱਤ ਦਿੱਤੀ ਸਾਰਿਆਂ ਨੂੰ ਕੋਈ ਸ਼ੱਕ ਨਹੀਂ ਹੈਗਾ ਪਰ ਹੁਣ ਜਿਹੜਾ ਕੈਨੇਡਾ ਦਾ ਟਾਈਮ ਚੱਲ ਰਿਹਾ ਉਹ ਬਹੁਤ ਮਾੜਾ ਚੱਲ ਰਿਹਾ ਆ ਹੁਣ ਕਾਫੀ ਡੋਂਕੀਆਂ ਲਮਾਉਣ ਵਾਲੇ ਬੰਦੇ ਵੀ ਫੜੇ ਗਏ ਆ ਡੋਂਕੀ ਲਾਉਂਦੇ ਆ ਤੁਸੀਂ ਫੋਟੋਆਂ ਦੇਖ ਸਕਦੇ ਆ ਕਿਸ ਤਰ੍ਹਾਂ ਬੈਂਡ ਦੇ ਵਿੱਚ ਬਿਠਾ ਲਏ ਡੋਂਕੀ ਲਾ ਰਏ ਸੀਗੇ ਅਜੇ ਪਿੱਛੇ ਜਾਈ ਇੰਨੀ 300 ਤੋਂ ਜ਼ਿਆਦਾ ਬੰਦਾ ਫੜਿਆ ਡੋਂਕੀ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਠੀਕ ਹੈ ਜੀ ਅਮਰੀਕਾ ਪੁਲਿਸ ਨੇ ਤੇ ਹੁਣ ਫੇਰ ਆ ਬੰਦੇ ਫੜ ਹੋਏ ਆ ਇਹ ਬਾਰਡਰ ਕਰਾਸ ਕਰਕੇ ਅਮਰੀਕਾ ਚ ਜਾਣ ਦੀ ਕੋਸ਼ਿਸ਼ ਕਰ ਰਹੇ ਸੀਗੇ ਲਗਾਤਾਰ ਹੁਣ ਹਰ ਰੋਜ਼ ਇਹ ਘਟਨਾ ਹੋ ਰਹੀਆਂ ਹਰ ਰੋਜ਼ ਲੋਕ ਇੱਕ ਕਿਸੇ ਨਾ ਕਿਸੇ ਇਲਾਕੇ ਚੋਂ ਬਾਰਡਰ ਕਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਆਦਾ ਨਿਊਯਾਰਕ ਸਾਈਡ ਤੋਂ ਹੋ ਰਿਹਾ ਆ ਤੇ ਆ ਕਿਉਂਕਿ ਇਹਦਾ ਕਾਰਨ ਇਹ ਹੀ ਆ ਕਿ ਜਿਆਦਾ ਮੰਗਾਈ ਜੋਬ ਜੋਬ ਨਾ ਮਿਲਣੀ ਸਹੀ ਪੈਸੇ ਨਾ ਮਿਲਣੇ ਤੇ ਉੱਪਰੋਂ ਕਾਲਜਾਂ ਦੇ ਖਰਚੇ ਉੱਪਰੋਂ ਇੰਨਾ ਜਿਆਦਾ ਕ੍ਰਾਈਮ ਵੱਧ ਗਿਆ ਆ ਇਦਾਂ ਦੇ ਕਈ ਕਾਰਨ ਹੈਗੇ ਆ ਜਿਹਦੇ ਕਰਕੇ ਲੋਕ ਕੈਨੇਡਾ ਛੱਡ ਰਹੇ ਆ ਤੇ ਇਹ ਹੁਣ ਲਗਾਤਾਰ ਇਦਾਂ ਦੀਆਂ ਡੋਂਕੀਆਂ ਸ਼ੁਰੂ ਹੋ ਗਈਆਂ ਆ ਤੇ ਬਹੁਤ ਲੋਕ ਦੇਖੋ ਆਪਾਂ ਕਿਸੇ ਨੂੰ ਵੀ ਕਹੂਗੇ ਕਿ ਕੈਨੇਡਾ ਇੰਨੀ ਮਾੜੀ ਹਾਲਤ ਹੈ ਨਾ ਜਾਵੋ ਉਹਨੇ ਕਿਹਾ ਹਫ਼ਤਾ ਬਾਹਰ ਬੈਠੇ ਆ ਤੇ ਸਾਨੂੰ ਦੱਸ ਰਹੇ ਆ ਬਾਹਰ ਨਾ ਜਾਵੋ ਜੇ ਇੰਨੀ ਮਾੜੀ ਹਾਲਤ ਹੈ ਤੇ ਤੁਸੀਂ ਵੀ ਵਾਪਸ ਆ ਜਾਓ ਠੀਕ ਆ ਤੇ ਪਰ ਜਿਹੜੇ ਹੁਣ ਪੁਰਾਣੇ ਫਸੇ ਹੋ ਤਾਂ ਫਸੇ ਆ ਪਰ ਨਵੇਂ ਜਾ ਕੇ ਉੱਥੇ ਮੇਰੇ ਖਿਆਲ ਨਾਲ ਨਹੀਂ ਫਸਣਾ ਚਾਹੀਦਾ ਮੈਂ ਨਹੀਂ ਕਿਸੇ ਨੂੰ ਕਹਿੰਦਾ ਤੁਸੀਂ ਜਾਵੋ ਨਾ ਜਾਵੋ ਪਰ ਜੋ ਹਾਲਾਤ ਆ ਉਹ ਹਾਲਾਤਾਂ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਹੇ ਆ ਇਹ ਬਹੁਤ ਮਾੜੀ ਹਾਲਤ ਆ ਹੁਣ ਕਿਸੇ ਬੰਦੇ ਦੀ ਹਾਲਤ ਸਹੀ ਹੋ ਸਕਦੀ ਆ 2 4 5 ਜਨਿਆਂ ਦੀ 6 ਜਨਿਆਂ ਦੀ ਉਹ ਨਹੀਂ ਕਹਿਣਾ ਨਹੀਂ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਇੱਥੇ ਤਾਂ ਸਭ ਕੋ ਵਧੀਆ ਆ ਜਾਂ ਪੰਜਾਬ ਚੋਂ ਮੈਸੇਜ ਆ ਜਾਂਦਾ ਨਹੀਂ ਸਾਡੇ ਬੱਚੇ ਤਾਂ ਉੱਥੇ ਜਾਂ ਸਾਡੇ ਬੰਦੇ ਤਾਂ ਬਹੁਤ ਵਧੀਆ ਰਹਿ ਰਹੇ ਆ ਪਰ ਸਾਰੇ ਨਹੀਂ ਤਾਂ ਹਨ 10 ਛੱਡ ਤੋਂ 90 ਤਾਂ ਉੱਥੇ ਬੁਰੇ ਹੀ ਹਾਲਿਆਂ ਉੱਥੇ ਤੇ ਇਸ ਕਰਕੇ ਦੇਖੋ ਫੈਸਲਾ ਤੁਹਾਡਾ ਆ ਜੋ ਹਕੀਕਤ ਆ ਕਿਸੇ ਤੋਂ ਲੁਕੀ ਨਹੀਂ ਆਪਾਂ ਇਗਨੋਰ ਕਰ ਸਕਦੇ ਆ ਪਰ ਲੁਕੀ ਨਹੀਂ ਹੈਗੀ ਹਰ ਇੱਕ ਨੂੰ ਪਤਾ ਆ ਕੀ ਕੈਨੇਡਾ ਦੇ ਵਿੱਚ ਇਸ ਟਾਈਮ ਕੀ ਹਾਲਾਤ ਆ ਹਰ ਇੱਕ ਨੂੰ ਪੰਜਾਬ ਦੇ ਵਿੱਚ ਪਤਾ ਆ ਔਰ ਬਾਹਰ ਵੀ ਪਤਾ ਆ ਆਪਾਂ ਇਗਨੋਰ ਕਰ ਜਾਈਏ ਜਾਣ ਕੇ ਕਹਿ ਦਈਏ ਕਿ ਇਦਾਂ ਨਹੀਂ ਨਹੀਂ ਕੁਛ ਹੈਗਾ ਉਹ ਗੱਲੇ ਬਖਰੀਆਂ ਪਰ ਜੋ ਸੱਚ ਆ ਉਹ ਸੱਚ ਸਾਹਮਣੇ ਆ ਤੇ ਬਾਕੀ ਉਹ ਤਾਂ ਤੁਹਾਡੀ ਮਰਜ਼ੀ ਆ ਮੈਂ ਤਾਂ ਇਹ ਗੱਲ ਦੱਸਣੀ ਸੀਗੀ ਕਿ ਬਹੁਤ ਜ਼ਿਆਦਾ ਇਦਾਂ ਦੇ ਚਾਂਸ ਹੁੰਦੇ ਆ ਡੋਂਕੀ ਬੋਲ ਲੱਗ ਰਹੀ ਕੈਨੇਡਾ ਲੋਕ ਛੱਡ ਰਹੇ ਆ ਤੇ ਬਾਕੀ ਥੈਂਕ ਯੂ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ